ਹਾਂਜੀ ਦੋਸਤੋ ਮੈਂ ਤਾਂ ਸैम ਸਿੰਘ ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੀਆਂ ਅੱਜ ਸਵੇਰ ਦੀਆਂ ਖਬਰਾਂ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਅੱਜ ਦੇ ਅਹਿਮ ਮੁੱਦਿਆਂ ਬਾਰੇ ਇਸੇ ਲਈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੌਣਵੀਂਆਂ ਖਬਰਾਂ ਤੇ ਪਹਿਲੀ ਚੌਣਵੀਂ ਖਬਰ ਹੈ ਜੀ ਕਿ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਤੇ ਨਿਕਲੀਆਂ ਭਾਰਤੀਆਂ 12 ਪਾਸ ਕਰਨ ਇਸ ਲਈ ਅਪਲਾਈ ਕਿਸਾਨਾਂ ਨੂੰ ਦਿੱਲੀ ਵਾਟਰ ਬੋਰਡ ਨੇ ਪੀਣ ਵਾਲੇ ਪਾਣੀ ਦੀ ਦਿੱਤੀ ਸਹੂਲਤ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਹੋਇਆ ਵਾਧਾ 10ਵੇਂ ਤੇ 12ਵੇਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਾਲੇ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ ਪੰਜਾਬ ਦੇ ਕਿਸਾਨ ਅਤੇ ਮਨੋਹਰ لال ਖੱਟੜ ਦਾ ਵੱਡਾ ਬਿਆਨ ਮੀਟਿੰਗ ਖਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਵੱਡਾ ਐਲਾਨ ਕਿਸਾਨ ਅੰਦੋਲਨ ਦੌਰਾਨ ਪਾਣੀ ਦੀਆਂ ਵਾਚੜਾਂ ਦਾ ਮੂੰਹ ਤੋੜਨ ਵਾਲੇ ਨੌਜਵਾਨ ਤੇ ਜਥੇਦਾਰ ਦਾ ਵੱਡਾ ਬਿਆਨ ਇੰਡੀਆ ਗੇਟ ਤੇ ਖਾਲਸਤਾਨ ਦੀ ਝੰਡਾਲਹਰਾਓ ਤੇ ਜਾਰੀ ਹੋਇਆ ਤਾਜ਼ਾ ਅਲਰਟ ਕਿਸਾਨ ਅੰਦੋਲਨ ਲਾਈਵ ਯੂਪ ਦੇ ਕਿਸਾਨਾਂ ਨੇ ਕੀਤਾ ਐਲਾਨ ਕਿਹਾ ਅਸੀਂ ਵੀ ਆ ਰਹੇ ਹਾਂ ਦਿੱਲੀ ਕਿਸਾਨਾਂ ਤੇ ਡੱਗ ਕੇ ਐਕਸਪਾਇਰਡ ਅਥਰੋ ਗੈਸ ਦੇ ਗੋਲੇ ਡੀਜੀਪੀ ਵੱਲੋਂ ਜਾਂਚ ਦੇ ਹੁਕਮ ਅਮਿਤ ਸ਼ਾਹ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹ ਨਾਲ ਫੋਨ ਤੇ ਕੀਤੀ ਗੱਲਬਾਤ ਕਿਸਾਨਾਂ ਤੋਂ ਕਬਰਾਈ ਖੱਟੜ ਸਰਕਾਰ ਬੋਲੀ ਅੰਦੋਲਨ ਵਿੱਚ ਖਾਲਿਸਤਾਨ ਕਨੈਕਸ਼ਨ ਦਾ ਇਨਪੁਟ ਦਸੰਬਰ ਤੱਕ ਵੱਧ ਜਾਵੇਗੀ ਠੰਡ ਜਾਣੋ ਅੱਜ ਦੇ ਮੌਸਮ ਦਾ ਹਾਲ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵਿੱਚ ਰੋਕੀ ਸਪਲਾਈ ਕਿਹਾ ਰਾਸ਼ਨ ਪਾਣੀ ਬੰਦ ਹੋਵੇਗਾ ਤਾਂ ਸੁਣੇਗੀ ਸਰਕਾਰ ਕੇਂਦਰ ਵੱਲੋਂ ਦਾਅਵਾ 3 ਤੰਬਰ ਨੂੰ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੋ ਜਾਵੇਗਾ ਹੱਲ ਤਾ ਦੋਸਤੋ ਇਹ ਜਿਗਿਆ ਆਪਣੀਆਂ ਇਸ ਸਮੇਂ ਦੀਆਂ ਚੋਣਵੀਆਂ ਖਬਰਾਂ ਤੇ ਗੱਲਬਾਤ ਕਰਦੇ ਆ ਜੀ ਪਹਿਲੀ ਵੱਡੀ ਖਬਰ ਇਹ ਕਿਰਪਾ ਕਰਕੇ ਆਪਣੀਆਂ ਖਬਰਾਂ ਨੂੰ ਵਾਦ ਤੋਂ ਬਾਦ ਲਾਈਕ ਜ਼ਰੂਰ ਕਰੋ ਤਾਂ ਜੋ ਆਪਣੇ ਸਾਰੇ ਦੋਸਤਾਂ ਮਿੱਤਰਾਂ ਤੱਕ ਆਪਣੀਆਂ ਖਬਰਾਂ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਇਸ ਦੇ ਨਾਲ ਹੀ ਪਹਿਲੀ ਖਬਰ ਹੈ ਜੀ ਕਿ ਪੁਲਿਸ ਕਾਂਸਟੇਬਲ ਦੇ ਅਹੁਦੇ ਤੇ ਨਿਕਲੀਆਂ ਭਾਰਤੀਆ 12ਵੇਂ ਪਾਸ ਕਰਨ ਅਪਲਾਈ ਬਿਹਾਰ ਪੁਲਿਸ ਕਨਸਟੇਬਲ ਭਾਰਤੀ ਪ੍ਰੀਖਿਆ 2020 ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ ਸੈਂਟਰਲ ਸਿਲੈਕਸ਼ਨ ਬੋਰਡ ਆਫ ਕਨਸਟੇਬਲ ਨੇ ਆਪਣੀ ਅਧਿਕਾਰਤ ਵੈੱਬਸਾਈਟ csbc.bihar.nic.in ਤੇ ਪ੍ਰੀਖਿਆ ਦੀ ਤਾਰੀਖ ਜਾਰੀ ਕੀਤੀ ਹੈ ਅਤੇ ਇਸ ਭਰਤੀ ਮਹਿੰਦਤ ਕੋਲ 8415 ਕਨਸਟੇਬਲ ਦੇ ਅਹੁਦੇ ਭਰੇ ਜਾਣਗੇ ਪ੍ਰੀਖਿਆ ਦੇ ਤਰੀਕ ਹੈਗੀ ਹੈ ਜੀ 14 ਮਈ 2021 ਤੋਂ ਲੈ ਕੇ ਜਿਹੜੀ ਹੈਗੀ ਹੈ 27 ਮਈ 2021 ਤੱਕ ਇਸ ਦੀ ਭਾਰਤੀ ਪ੍ਰੀਖਿਆ ਕੀਤੀ ਲਈ ਜਾਵੇਗੀ ਕਿਸਾਨਾਂ ਨੂੰ ਦਿੱਲੀ ਵਾਟਰ ਬੋਰਡ ਨੇ ਪੀਣ ਵਾਲੇ ਪਾਣੀ ਦੀ ਦਿੱਤੀ ਸਹੂਲਤ ਜੀਹਾਂ ਦੋਸਤੋ ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕੁਝ ਕਿਸਾਨ ਦਿੱਲੀ ਦੇ ਬੁਰਾੜੀ ਨਿਰੰਕਰੀ ਮੈਦਾਨ ਵਿੱਚ ਪਹੁੰਚੇ ਹਾਲਾਂਕਿ ਇੱਥੇ ਬਹੁਤ ਘੱਟ ਕਿਸਾਨ ਮੌਜੂਦ ਨੇ ਦਿੱਲੀ ਜਲ ਬੋਰਡ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਰਿਹਾ ਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਗਵ ਚੱਡਾ ਨੇ ਬੁਰਾੜੀ ਜਾ ਕੇ ਖੁਦ ਪਾਣੀ ਦੇ ਟੈਂਕਰਾਂ ਦੀ ਪ੍ਰਣਾਲੀ ਦਾ ਜਾਇਜ਼ਾ ਲਿਆ ਦਿੱਲੀ ਚਰਬੌਰ ਨੇ ਬੁਰਾੜੀ ਮੈਦਾਨ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਨੂੰ ਬਣਾਈ ਰੱਖਣਾ ਤੇ ਲੋਰੀ ਦੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਉਣ ਲਈ ਇੱਕ ਨੋਡਲ ਅਧਿਕਾਰੀ ਅਤੇ ਇੱਕ ਸਹਿ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਹੋਇਆ ਵਾਧਾ ਜੀਹਾਂ ਦੋਸਤੋ ਪਿਛਲੇ 48 ਦਿਨਾਂ ਤੋਂ ਸ਼ਾਂਤੀ ਤੋਂ ਬਾਅਦ ਇਸ ਹਫ਼ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਦੱਜ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ ਪੈਟਰੋਲ ਦੀ ਕੀਮਤ ਵਿੱਚ ਲਗਾਤਾਰ ਵਾਧੇ ਕਰਨੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਕਾਂ ਦੇ ਵਿੱਚ 82 ਰੁਪਏ ਪ੍ਰਤੀ ਲੀਟਰ ਨੂੰ ਪਾਰ ਗਿਆ ਜਦੋਂ ਕਿ ਡੀਜ਼ਲ 72 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦਾ ਐਲਾਨ ਪੰਜਾਬ ਸਕੂਲ ਲੋ ਐਜੂਕੇਸ਼ਨ ਬੋਰਡ ਨੇ ਮਾਰਚ 2021 ਵਿੱਚ ਕਰਵਾਈਆਂ ਜਾਣ ਵਾਲੀਆਂ ਰੈਗੂਲਰ ਅਤੇ ਓਪਨ ਕਲਾਸਾਂ ਦੀਆਂ ਕਲਾਸਾਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਜਾਰੀ ਕੀਤੀਆਂ ਨੇ ਨੋਟੀਫਿਕੇਸ਼ਨ ਮੁਤਾਬਕ ਬਿਨਾਂ ਲੇਟ ਫੀਸ ਦੇ ਬੋਰਡ ਦੀ ਪ੍ਰੀਖਿਆ ਫੀਸ ਦਾ ਭੁਗਤਾਨ ਕਰਾਉਣ ਦੀ ਆਖਰੀ ਤਾਰੀਖ 10 ਦਸੰਬਰ 2020 ਹੈ ਉਤੇ 2000 ਰੁਪਏ ਲੇਟ ਫੀਸ ਦੇ ਨਾਲ 22 ਜਨਵਰੀ ਤੱਕ ਭੁਗਤਾਨ ਕੀਤਾ ਜਾ ਸਕਦਾ ਹੈ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤਰੀਕਾਂ ਦੀ ਜਾਂਚ ਕਰ ਸਕਦੇ ਹੋ ਕਿਸਾਨ ਅੰਦੋਲਨ ਪੰਜਾਬ ਦੇ ਕਿਸਾਨ ਅਤੇ ਮਨੋਹਰ لال ਖੱਟਰ ਦਾ ਆਇਆ ਵੱਡਾ ਬਿਆਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਪੁੱਜੇ ਕਿਸਾਨਾਂ ਨੂੰ ਲੈ ਕੇ ਹਰਿਆਣਾ ਦੇ ਮੁਕਮਾਂ ਤੇ ਮਨੋਹਰ لال ਖੱਟਰ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਚੱਲੋ ਅੰਦੋਲਨ ਵਿੱਚ ਸਿਰਫ ਪੰਜਾਬ ਦੇ ਕਿਸਾਨ ਹੀ ਸ਼ਾਮਿਲ ਨੇ ਇਸ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨ ਸ਼ਾਮਿਲ ਨਹੀਂ ਨੇ ਇਹ ਅੰਦੋਲਨ ਸਿਰਫ ਪੰਜਾਬ ਦੇ ਕਿਸਾਨਾਂ ਨੇ ਹੀ ਖੜਾ ਕੀਤਾ ਹੈ ਅੰਦੋਲਨ ਪੂਰੀ ਤਰ੍ਹਾਂ ਯੋਜਨਾਬਾਦ ਢੰਗ ਨਾਲ ਸ਼ੁਰੂ ਕੀਤਾ ਗਿਆ ਜੋ ਕਿ 86 ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਨੂੰ ਕਾਂਗਰਸ ਦੇ ਨੇਤਾ ਲੀਡ ਕਰ ਰਹੇ ਨੇ ਘੱਟੜ ਨੇ ਵੀ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 6-7 ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਹਨਾਂ ਨੇ ਮੇਰਾ ਗੱਲਬਾਤ ਕਰਨ ਦਾ ਸਹੀ ਨਹੀਂ ਸਮਝਿਆ ਤਾਂ ਮੀਟਿੰਗ ਖਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਵੱਡਾ ਐਲਾਨ ਨਵੇਂ ਦੇ ਲਈ ਕਿਸਾਨ ਜਥੇਬੰਦੀਆਂ ਵਿੱਚ ਕਰਦੇ ਲਈ ਹਰਿਆਣਾ ਬਾਰਡਰ ਤੇ ਸਿੰਘੂ ਵਿਕੇ ਹੋਈ ਮੀਟਿੰਗ ਖਤਮ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਕਿ ਕਿਸਾਨ ਮੌਜੂਦਾ ਸਥਾਨ ਤੇ ਹੀ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ ਉਹ ਹੋਰ ਕਿਧਰੇ ਵੀ ਨਹੀਂ ਜਾਣਗੇ ਅਤੇ ਹਾਦੂਜ 11 ਵਜੇ ਅਗਲੀ ਰਾਤੀ ਤੇ ਮੀਟਿੰਗ ਹੋਇਆ ਕਰੇਗੀ ਕਿਸਾਨ ਅੰਦੋਲਨ ਦੌਰਾਨ ਪਾਣੀ ਦੀਆਂ ਵਾਚੜਾਂ ਦਾ ਮੂੰਹ ਤੋੜਨ ਵਾਲੇ ਨੌਜਵਾਨ ਤੇ ਜਥੇਦਾਰ ਦਾ ਵੱਡਾ ਬਿਆਨ ਸ਼੍ਰੀ ਅਕਾਲ ਤਖਤ ਦੇ ਸਾਹਿਬ ਦੀ ਕਾਰਜਕਾਰੀ ਜਥੇਦਾਰ ਸੰਗ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਪਾਣੀ ਦੀਆਂ ਵਾਅਦਨਾ ਛੱਡਣ ਵਾਲੇ ਕੈਨਨ ਨੂੰ ਬੰਦ ਕਰਨ ਵਾਲੇ ਨੌਜਵਾਨ ਤੇ ਮਾਮਲਾ ਦਰਜ ਕਰਨ ਦੀ ਨਿਖੇਦੀ ਕੀਤੀ ਹੈ। ਕੇਂਦਰ ਸਰਕਾਰ ਦੀ ਖੇਤੀ ਕਰੂਨਾ ਦੇ ਵਿਰੋਧ ਵਿੱਚ ਸ਼ਾਂਤਮਈ ਰੋਸ ਪ੍ਰਗਟਾਉਣ ਗਏ ਦਿੱਲੀ ਗਏ ਕਿਸਾਨਾਂ ਨੂੰ ਰਸਤੇ ਵਿੱਚ ਰੋਕਣ ਅਤੇ ਉਹਨਾਂ ਤੇ ਪੁਲਸ ਦੀ ਕਾਰਵਾਈ ਅਤੇ ਪਾਣੀ ਦੀਆਂ ਵਾਛੜਾਂ ਕਰਨ ਛੱਡਣ ਦੀ ਕਾਰ ਦੇ ਪ੍ਰਣਾਲੀ ਤੇ ਸਵਾਲ ਉਠਾਉਂਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਜਿਵੇਂ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਕੀਤਾ ਜਾਂਦਾ ਹੈ ਜਦੋਂ ਕਿ ਕਿਸਾਨਾਂ ਨੇ ਦਰਿਆ ਦਲੀ ਨਾਲ ਦਰਿਆ ਦਲੀ ਦਾ ਸਬੂਤ ਦਿੰਦੇ ਹੋਏ ਪੁਲਸ ਦੇ ਉਹਨਾਂ ਜਵਾਨਾਂ ਤੱਕ ਲੰਘ ਚੁਕਾਇਆ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦਾ ਰਹਾ ਰੋਕਿਆ ਸੀ ਇੰਡੀਆ ਗੇਟ ਤੇ ਖਾਲਸਤਾਨ ਦੀ ਝੰਡਾ ਲਹਿਰਾਉਣ ਤੇ ਜਾਰੀ ਹੋਇਆ ਤਾਜ਼ਾ ਅਲਰਟ ਪੰਜਾਬ ਤੋਂ ਕੂਚ ਕਰਕੇ ਦਿੱਲੀ ਪਹੁੰਚੇ ਕਿਸਾਨ ਅੰਦੋਲਨ ਵਿੱਚ ਖਾਲਸਤਾਨੀ ਲਹਿਰ ਸਮਰਥਕਾਂ ਦੇ ਦਾਖਲੇ ਨੂੰ ਲੈ ਕੇ ਖੂਫੀ ਏਜੰਸੀਆਂ ਨੇ ਤਾਜ਼ਾ ਅਲਰਟ ਜਾਰੀ ਕੀਤਾ ਤੇ ਖੂਫੀ ਏਜੰਸੀਆਂ ਨੇ ਪੁਲਿਸ ਬਲ ਨੂੰ ਚੌਕਸ ਕੀਤਾ ਕਿ ਇੰਡੀਆ ਗੇਟ ਅਤੇ ਵੀਵੀਆਈਪੀ ਇਲਾਕਿਆਂ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਤੇ ਟਿੱਖੀ ਨਜ਼ਰ ਰੱਖੀ ਜਾਵੇ ਏਜੰਸੀਆਂ ਨੂੰ ਕੁਝ ਸੰਦੇਸ਼ ਨੂੰ ਫੜਦੇ ਹੋਏ ਪਾਇਆ ਕਿ ਕਿਸਾਨ ਅੰਦੋਲਨ ਦੀ ਆਰ ਵਿੱਚ ਖਾਲਿਸਤਾਨੀ ਸਮਰਥਕ ਇੰਡੀਆ ਗੇਟ ਜਾਂ ਵੀ 20 20 ਆਈਪੀ ਇਲਾਕਿਆਂ 'ਚ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਇਸ ਤੋਂ ਪਹਿਲਾਂ ਖੁਫੀਆ ਏਜੰਸੀਆਂ ਨੇ ਦਿੱਲੀ ਵਿੱਚ ਕਿਸਾਨਾਂ ਦੇ ਕੂਚ ਤੋਂ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿਸਾਨ ਅੰਦੋਲਨ ਲਾਈਵ ਯੂਪੀ ਦੇ ਕਿਸਾਨਾਂ ਨੇ ਕੀਤਾ ਐਲਾਨ ਕਿਹਾ ਅਸੀਂ ਵੀ ਆ ਰਹੇ ਹਾਂ ਦਿੱਲੀ ਕਿਸਾਨਾਂ ਲਈ ਇੱਕ ਖੁਸ਼ਖਬਰੀ ਹੈ ਜੀ ਕਿ ਕੇਂਦਰ ਸਰਕਾਰ ਦੇ ਨਾਮੇ ਖੇਤੀਬਾੜੀ ਕਾਨੂੰਨਾਂ ਵਿਰੋਧ ਅੰਦੋਲਨਕਾਰੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਲਗਾਤਾਰ جاری ਹੈ ਤੇ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਬੀਤੀ ਰਾਤ ਬਤੀਤ ਕੀਤੀ ਫਿਲਹਾਲ ਅੱਜ ਦੀ ਕਿਸਾਨਾਂ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਕਿਸਾਨ ਦਿੱਲੀ ਵੱਲ ਕੁਝ ਕਰਨਗੇ ਜਾਂ ਉੱਥੇ ਹੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ ਇਸ ਦੌਰਾਨ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਕਿਸਾਨ ਦਿੱਲੀ ਵੱਲ ਯਾਤਰਾ ਕਰ ਰਹੇ ਨੇ ਤੇ ਭਾਰਤੀ ਕਿਸਾਨੀ ਯੂਨੀਅਨ ਨੇ ਵੀ ਅੰਦੋਲਨ ਦਾ ਸਮਰਥਨ ਕੀਤਾ ਹੈ ਖੇਤੀਬਾੜੀ ਕਾਨੂੰਨਾਂ ਵਿਰੋਧ ਕਰੇ ਕਿਸਾਨਾਂ ਨੇ ਟੱਕਰੀ ਅਤੇ ਇਸ ਗੁੱਸੇਹਾਰਦ ਤੇ ਡੇਰਾ ਲਾਇਆ ਹੈ ਇਸ ਤੋਂ ਪੰਜਾਬ ਤੋਂ ਦਿੱਲੀ ਆਏ ਕਿਸਾਨਾਂ ਨੂੰ ਬਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਪ੍ਰਦਰਸ਼ਨ ਕਰਨ ਦੀ ਅਗਿਆ ਦਿੱਤੀ ਗਈ ਹੈ ਲੋਕ ਦਿੱਲੀ ਵਿੱਚ ਵੱਖ-ਵੱਖ ਥਾਵਾਂ ਤੋਂ ਲੰਗਰ ਲਿਆ ਰਹੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ ਭਾਰਤੀ ਕਿਸਾਨੀਓ ਨੇ ਉੱਤਰ ਪ੍ਰਦੇਸ਼ ਵਿੱਚੋਂ ਵੀ ਦਿੱਲੀ ਲਈ ਕੂਝ ਕੀਤੇ ਜੇ ਕਿਸਾਨੀਓਂਆਂ ਦੇ ਬੁਲਾਰੇ ਰਾਕੇਸ਼ ਟਿਕੈਟ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ ਅਸੀਂ ਹੁਣ ਦਿੱਲੀ ਜਾ ਰਹੇ ਹਾਂ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਕਿਸਾਨਾਂ ਦੇ ਦੱਗ ਕੇ ਐਕਸਪਾਇਰਡ ਅਥਰੋ ਗੈਸ ਦੇ ਗੋਲੇ ਡੀਜੀਪੀ ਵੱਲੋਂ ਜਾਂਚ ਦੇ ਹੁਕਮ ਹਰਿਆਣਾ ਪੁਲਸ ਨੇ ਪੰਜਾਬ ਤੇ ਹਰਿਆਣਾ ਦੇ ਕਿਰਤਾਂ ਜਥੇਬੰਦੀਆਂ ਤੋਂ ਦਿੱਲੀ ਕੂਚ ਨੂੰ ਰੋਕਲੇ ਹਰਦੇਲੇ ਦੇ ਵਾਕੋ ਕਹਾਾਈਵੇ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੇ ਨਾਲ ਹੀ ਪੁਲਸ ਵੱਲੋਂ ਕਿਸਾਨਾਂ ਦੇ ਅਥਰੋ ਗੈਸ ਦੇ ਗੋਲੇ ਛੁੱਟੇ ਕਿ ਜੋ ਕਿ 5 ਸਾਲ ਪੁਰਾਣੇ ਐਕਸਪਾਇਰ ਸਨ ਇੱਕ-ਇੱਕ ਐਕਸਪਾਇਰੀ ਡੇਟ ਦੇ ਗੋਲੇ ਰੋਹਤਕ ਅਤੇ ਕਰਨਾਲ ਰੇਂਜ ਪੁਲਿਸਰ ਵੱਲੋਂ ਧੱਕੇ ਗਏ ਇਸ ਪੂਰੇ ਮਾਮਲੇ ਦਾ ਡੀਜੀਪੀ ਮਨੋਜ ਯਾਦਵ ਨੇ ਜਾਂਚ ਦਾ ਹੁਕਮ ਜਾਰੀ ਕੀਤਾ ਹੈ ਇਸ ਦੇ ਨਾਲ ਇਹ ਵੀ ਡਾਟਾ ਮੰਗਿਆ ਕਿ ਕਿਸੇ ਜ਼ਿਲ੍ਹੇ ਵਿੱਚ ਕਿੰਨੇ ਗੋਲੇ ਚਲਾਏ ਗਏ ਨੇ ਇਹ ਧੱਕੇ ਗਏ ਗੋਲੇ ਕਿਸ ਮੈਨੂਫੈਕਚਰਿੰਗ ਡੇਟ ਜਾਂ ਐਕਸਪਾਇਰੀ ਡੇਟ ਦੇ ਸਨ ਅਮਰ ਸ਼ਾਹ ਨੇ ਭਾਰਤੀ ਕਿਸਾਨੀ ਯੂਨੀਅਨ ਉਗਰਾਹ ਨਾਲ ਫੋਨ ਤੇ ਕੀਤੀ ਗੱਲਬਾਤ ਪਾਤ ਦੇ ਗ੍ਰਾਮ ਮਾਤਰੀ ਅਮਰਵਿਸ਼ਾ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਥੇਬੰਦੀ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਜੁਗਿੰਦਰ ਸਿੰਘ ਉਗਰਾਹਾ ਨੇ ਮੀਡੀਆ ਨਾਲ ਫੋਨ ਰਾਹੀਂ ਲਾਈਵ ਗੱਲਬਾਤ ਕਰਦਿਆਂ ਇਹ ਬਿਆਨ ਦਿੱਤਾ ਉਹਨਾਂ ਨੇ ਕਿ ਭਾਜਪਾ ਲੀਡਰ ਸੁਜੀਤ ਕੁਮਾਰ ਜਿਆਣੀ ਦੀ ਕਾਲ ਆਈ ਕੇ ਅਮੇਸ਼ਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਜਿਸ ਤੋਂ ਬਾਅਦ ਅਮੇਸ਼ਾ ਦਾ ਖੁਦ ਉਹਨਾਂ ਨੂੰ ਫੋਨ ਆਇਆ ਅਮਰਦੀਸ਼ਾਨੇ ਕਿਹਾ ਕਿ ਤੁਹਾਨੂੰ ਬਰਾੜੀ ਦਾ ਮੈਦਾਨ ਪ੍ਰਦਰਸ਼ਨ ਲਈ ਦਿੱਤਾ ਗਿਆ ਤੁਸੀਂ ਉੱਥੇ ਜਾ ਕੇ ਪ੍ਰਦਰਸ਼ਨ ਕਰ ਸਕਦੇ ਹੋ ਤੁਹਾਡਾ ਉੱਥੇ ਬਾਥਰੂਮ ਵਗੈਰਾ ਆਦਾਂ ਪ੍ਰਬੰਧ ਕੀਤਾ ਹੈ ਪਰ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਮੰਗ ਸਿਰਫ ਜੰਤਰ ਮਾਂਤਰ ਹੈ ਅਮਰਦੀਸ਼ਾਨੇ ਕਿਹਾ ਕਿ ਉੱਥੇ ਜਗ੍ਹਾ ਬਾਥੋੜੀ ਅਰੇ 2-4000 ਲੋਕ ਹੀ ਬੈਠ ਸਕਦੇ ਨੇ ਫਿਰ ਅਸੀਂ ਕਿਹਾ ਕਿ ਸਾਨੂੰ ਉਹੀ ਜੋ ਅਸੀਂ ਉੱਥੇ ਹੀ ਪ੍ਰਦਰਸ਼ਨ ਕਰਾਂ ਜੇ ਤੁਸੀਂ ਨਹੀਂ ਉਹ ਜਗ੍ਹਾ ਦੇ ਸਕਦੇ ਤਾਂ ਫਿਰ ਜਿੱਤੇ ਤੁਹਾਡੇ ਪੁੱਛ ਤੁਹਾਨੂੰ ਲੋਕੀ ਉੱਥੇ ਹੀ ਡਟ ਕੇ ਬੈਠ ਜਾਵਾਂਗੇ ਕਿਸਾਨਾਂ ਦੇ ਅੰਦੋਲਨ ਕਿਸਾਨਾਂ ਤੋਂ ਕਬਰਾਈ ਖੱਟਰ ਸਰਕਾਰ ਬੋਲੀ ਅੰਦੋਲਨ ਵਿੱਚ ਖਾਲਿਸਤਾਨ ਕਨੈਕਸ਼ਨ ਦਾ ਇਨਪੁੱਟ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਸ਼ਨੀਵਾਰ ਨੂੰ ਤੀਜਾ ਦਿਨ ਸੀ ਅਤੇ ਇਸ ਦੌਰਾਨ ਜਿੱਥੇ ਕੇਂਦਰ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਲਈ ਰਾਜੀ ਕਰਨ ਦੀ ਕੋਸ਼ਿਸ਼ ਵਿੱਚ ਹੈ ਤੇ ਉਤੇ ਹੀ ਖੱਟਰ ਸਰਕਾਰ ਇਸ ਅੰਦੋਲਨ ਤੋਂ ਕੁਝ ਕਬਰਾਈ ਹੋਈ ਦਿਖ ਰਹੀ ਹੈ ਇੰਨਾ ਹੀ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਨੇ ਤਾਂ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਸਮਰਥਕਾਂ ਦੀ ਮੌਜੂਦਗੀ ਦਾ ਦਾਵਾ ਵੀ ਕਰ ਦਿੱਤਾ ਹੈ ਦਰਅਸਲ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਿਆਨੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਨੇ ਕਿਸਾਨ ਅੰਦੋਲਨ ਵਿੱਚ ਖਾਲਸਤਾਨੀ ਸਮਰਥਕਾਂ ਦੇ ਸ਼ਾਮਲ ਹੋਣ ਦਾ ਦਾਵਾ ਕਰਦਿਆ ਕਿ ਭੀੜ ਵਿੱਚ ਉਗਰਵਾਦੀਆਂ ਦੇ ਸ਼ਾਮਲ ਹੋਣ ਦਾ ਇਨਪੁਟ ਮਿਲਿਆ ਵੀਡੀਓ ਵਿੱਚ ਉਹ ਲੋਕ ਨਾਅਰਾ ਲਗਾ ਰਹੇ ਸਨ ਜੋ ਜਦੋਂ ਇੰਦਰਾ ਗਾਂਧੀ ਨੂੰ ਏਕ ਕਰ ਸਕਦੇ ਹਨ ਤਾਂ ਮੋਦੀ ਨੂੰ ਕਿਉਂ ਨਹੀਂ ਕਰ ਸਕਦੇ ਦਸੰਬਰ ਤੱਕ ਵੱਜ ਜਾਵੇਗੀ ਠੰਡ ਅੱਜ ਦੇ ਮੌਸਮ ਦਾ ਹਾਲ ਜੇਸ਼ ਵਿੱਚ ਹੌਲੀ ਹੌਲੀ ਠੰਡ ਵਧਣੀ ਸ਼ੁਰੂ ਹੋ ਗਈ ਹੈ ਪੂਰੇ ਪਾਤਕ ਠੰਡ ਤੋਂ ਬਚਣ ਲਈ ਲੋਕ ਗਰਮ ਕੱਪੜੇ ਪਹਿਨ ਰਹੇ ਨੇ ਤੇ ਮੌਸਮ ਵਿਭਾਗ ਨੇ ਸੀਤ ਲਹਿਰ ਦੇ ਮੁਰ ਸ਼ੁਰੂ ਹੋਣ ਦਾ ਖਰਚਾ ਪ੍ਰਗਟਾਇਆ ਕੋਲ ਮੇ ਲਾ ਕੇ ਦਸੰਬਰ ਵਿੱਚ ਸਰਦੀ ਪੂਰੇ ਸਿਕਰ ਤੇ ਹੋਵੇਗੀ ਸ਼ੁੱਕਰਵਾਰ ਨਾਲੋਂ ਸ਼ਨੀਵਾਰ ਦੀ ਸਵੇਰ ਦਿੱਲੀ ਐਨਸੀਆਰ ਵਿੱਚ ਮੌਸਮ ਬੇਹੱਦ ਠੰਡਾ ਰਿਹਾ ਉੱਥੇ ਯੂਪੀ ਪੰਜਾਬ ਸਣੇ ਕਈ ਸੂਬਿਆਂ ਵਿੱਚ ਮੌਸਮ ਸਾਫ਼ ਹੋ ਗਿਆ ਜਾਨ ਸਟੇਟ ਹਾਣ ਦੇਸ਼ ਦੇ ਮੌਸਮ ਦਾ ਅਗਲੇ ਦਿਨਾਂ ਦਾ ਹਾਲ ਦੱਸ ਦਿਆਂ ਜੀ ਕਿ ਹਰਿਆਣਾ ਵਿੱਚ ਸ਼ਨੀਵਾਰ ਸਵੇਰੇ ਰੇਵਾਰੀ ਦਾ ਘਟੋ ਘਟਦਾ ਤਾਪਮਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਸ਼ੁੱਕਰਵਾਰ ਨੂੰ ਇਹ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਰਿਪੋਰਟ ਮੁਤਾਬਕ ਪਹਾੜਾਂ ਤੋਂ ਹੋ ਰਹੇ ਬਰਫਬਾਰ ਅਸਰ ਸਾਫ਼ ਦਿਖਾਈ ਦੇਣ ਲੱਗਿਆ ਹੈ ਇਸੇ ਨਾਲ ਹੀ ਪੰਜਾਬ ਵਿੱਚ ਵੀ ਜਿਵੇਂ ਜਿਵੇਂ ਦਿਨ ਠੰਡ ਵੱਲ ਵਧ ਰਹੇ ਨੇ ਤੋਂ ਉਹ ਜਿਹੜਾ ਤਾਪਮਨ ਹੈ ਕਾਫੀ ਮਾਤਰਾ ਦੇ ਵਿੱਚ ਠੇਠਾਂ ਡਿੱਗ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਠੰਡ ਹੈ ਹੋਰ ਵਧ ਜਾਵੇਗੀ ਪੰਜਾਬ ਹਰਿਆਣਾ ਦੇ ਕਿਸਾਨ ਨੇ ਦਿੱਲੀ ਵਿੱਚ ਰੋਕੀ ਸਪਲਾਈ ਤਾਂ ਕਿਹਾ ਦਰਸ਼ਨ ਪਾਣੀ ਬੰਦ ਹੋਵੇਗਾ ਤਾਂ ਸੁਣੇਗੀ ਸਰਕਾਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸ਼ਨੀਵਾਰ ਨੂੰ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਸ਼ਟਰੀ ਰਾਜਧਾਨੀ ਵੱਲ ਜਾਣ ਵਾਲੀਆਂ ਸੜਕਾਂ ਤੇ ਰੋਕ ਲਗਾ ਦਿੱਤੀ। ਹਾਲਾਂਕਿ ਪੁਲਿਸ ਨੇ ਨਿਰੰਕਾਰ ਸਮਾਗਮ ਗਰਾਊਂਡ ਵਿਖੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਉਹਨਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇ ਦਿੱਤੀ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ ਰੋਕ ਸੜਕਾਂ ਤੇ ਰੋਕ ਲਗਾਉਣਗੇ ਜਦੋਂ ਤੱਕ ਪ੍ਰਧਾਨ ਮੰਤਰੀ ਦਖਲਅੰਦਾਜ਼ੀ ਨਹੀਂ ਕਰਦੇ ਤੇ ਭਰੋਸਾ ਨਹੀਂ ਦਿੰਦੇ ਕਿ ਐਮਐਸਪੀ ਅਤੇ ਮੰਡੀ ਪ੍ਰਣਾਲੀ ਨੂੰ ਖਤਮ ਨਹੀਂ ਕੀਤਾ ਜਾਵੇਗਾ। ਕੇਂਦਰ ਵੱਲੋਂ ਦਾਅਵਾ ਤੈਨਰ ਸੰਬੰਧ ਨੂੰ ਖੇਤੀ ਕਾਨੂੰਨ ਦੇ ਮਸਲੇ ਦਾ ਹੋ ਜਾਵੇਗਾ ਹੱਲ ਅੱਜ ਦੀ ਵੱਡੀ ਖਬਰ ਹੈ ਜੀ ਕਿ ਖੇਤੀ ਕਰੂਨਾ ਬਾਰੇ ਕਿਸਾਨਾਂ ਦਾ ਰੋਵ ਦੇਖ ਕੇ ਕੇਂਦਰ ਸਰਕਾਰ ਨਰਮ ਪੈਂਦੀ ਜਾਪ ਰਹੀ ਹੈ ਕੇਂਦਰ ਖੇਤੀਬਾੜੀ ਮੰਤਰੀ ਨਿਰੰਦਰ ਸਿੰਘ ਤੋਮਰ ਦਾ ਇਸ ਬਾਰੇ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ 3 ਦਸੰਬਰ ਨੂੰ ਕਿਸਾਨਾਂ ਆਗੂਆਂ ਨਾਲ ਮੀਟਿੰਗ ਤੈਅ ਕੀਤੀ ਗਈ ਹੈ ਤੇ ਉਸ ਦਿਨ ਇਸ ਮਸਲੇ ਦਾ ਗੱਲ ਕਰ ਲਿਆ ਜਾਵੇਗਾ ਦੱਸਦੇ ਕਿ ਹੁਣ ਤੱਕ ਕੇਂਦਰ ਸਰਕਾਰ ਸਰਕਾਰ ਖੇਤੀ ਕਰੂਨਾ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਕੇ ਹਮੇਸ਼ਾ ਕਿਸਾਨਾਂ ਨੂੰ ਦਿੱਲੀ ਸਮਝਾਉਣ ਲਈ ਸਦਹੀ ਰਹੀ ਹੈ ਪਰ ਖੇਤੀ ਮੰਤਰੀ ਦਾ ਤਾਜ਼ਾ ਬਿਆਨ ਇਸ਼ਾਰਾ ਕਰਦਾ ਹੈ ਕਿ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਬਾਰੇ ਕੁਝ ਨਰਮੀ ਵਿਖਾ ਸਕਦੀ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਦੀਆਂ ਬਾਡੀਆਂ ਖਬਰਾਂ ਇਸ ਦੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੋਣ ਦੇ ਲਈ ਏਨਾ ਹੀ ਸਤਿ ਸ਼੍ਰੀ ਅਕਾਲ